ਲੋਹੜੀ ਪ੍ਰੇਮ ਦਾ ਤਿਉਹਾਰ ਹੈ, ਮੌਸਮੀ ਤਿਉਹਾਰ ਹੈ। ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਣ ਵਾਲਾ ਇਹ ਤਿਉਹਾਰ ਪਹਿਲਾਂ ਪਹਿਲ ਘਰ ਦੇ ਵਿੱਚ ਨਵੇਂ ਜਨਮੇ ਪੁੱਤਰ ਜਾਂ ਨਵ ਵਿਆਹੀ ਜੋੜੀ ਨੂੰ ਜੀ ਆਇਆਂ ਕਹਿਣ ਲਈ ਮਨਾਇਆ ਜਾਂਦਾ ਸੀ। ਸਮੇਂ ਦੇ ਨਾਲ ਨਾਲ ਇਸ ਤਿਉਹਾਰ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਹੁਣ ਇਹ ਤਿਉਹਾਰ ਨਵ ਜਨਮੇ ਬੱਚਿਆਂ, ਮੇਰਾ ਮਤਲਬ ਨਵ ਜਨਮੀਆਂ ਧੀਆਂ ਅਤੇ ਪੁੱਤਰਾਂ ਅਤੇ ਨਵ ਵਿਆਹੀਆਂ ਜੋੜੀਆਂ ਦੇ ਨਾਂ 'ਤੇ ਮਨਾਇਆ ਜਾਂਦਾ ਹੈ। ਇਸ ਹਫ਼ਤੇ ਸਤਾਰੇ ਟੀ ਵੀ 'ਤੇ ਅਸੀਂ